ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੁਪਹਿਰ 3 ਵਜੇ ਤੱਕ ਦੀਆਂ ਖਬਰਾਂ ਲੈ ਕੇ ਹਾਜ਼ਰ ਹੋਇਆ ਸ਼ੁਰੂਆਤ ਕਰਾਂਗੇ ਅਸੀਂ ਬਠਿੰਡਾ ਮਿਲਟਰੀ ਸਟੇਸ਼ਨ ਤੋਂ ਇੱਕ ਵਾਰ ਮੁੜ ਦੁਬਾਰਾ ਉੱਥੇ ਗੋਲੀ ਚਲਣ ਦੀ ਘਟਨਾ ਵਾਪਰੀ ਹੈ ਔਰ ਇਸ ਗੋਲੀ ਦੇ ਨਾਲ ਇੱਕ ਜਵਾਨ ਦੀ ਮੌਤ ਹੋ ਜਾਂਦੀ ਹੈ ਡਿਊਟੀ ਜਿਹੜਾ ਸੰਤਰੀ ਦੀ ਡਿਊਟੀ ਤੇ ਤੈਨਾਤ ਸੀ ਗੁਰ ਤੇਜਸ ਲਹੂਰਾਜ ਉਸ ਦੇ ਸਿਰ ਦੇ ਵਿੱਚ ਗੋਲੀ ਲੱਗੀ ਹੈ ਹਾਲਾਂਕਿ ਕਾਰਨ ਕੀ ਹੈ ਕਿਉਂ ਲੱਗੀ ਹੈ ਜਾਂ ਕਿਸ ਵੱਲੋਂ ਚਲਾਈ ਗਈ ਹੈ ਇਸ ਦੀ ਹਲੇ ਤੱਕ ਜਾਣਕਾਰੀ ਨਹੀਂ ਹੈ ਪਰ ਖਦਸ਼ੇ ਜਤਾਏ ਜਾ ਰਿਹਾ ਹੈ ਕਿ ਸ਼ਾਇਦ ਇਸ ਮਾਮਲੇ ਨੂੰ ਜਿਹੜਾ ਹੈਗਾ ਆ ਉਹ ਉਸ ਵੱਲੋਂ ਆਪ ਚਲਾਈ ਹੋ ਸਕਦੀ ਗੋਲੀ ਜਾਂ ਫਿਰ ਤਕਨੀਕੀ ਕਾਰਨਾਂ ਦੇ ਕਰਕੇ ਦੋ ਕਾਰਨ ਹੈ ਪਰ ਫਿਲਹਾਲ ਇਸ ਨੂੰ ਬੀਤੇ ਦਿਨ ਵਾਲੀ ਜੋ ਫਾਇਰਿੰਗ ਦੀ ਘਟਨਾ ਵਾਪਸੀ ਉਸ ਦੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਰਿਹਾ ਤਾਂ ਬੀਤੇ ਦਿਨ ਕੀ ਹੁੰਦਾ ਹੈ ਪਿਛਲੀ ਸਵੇਰ 4:35 ਮਿੰਟ ਤੇ ਜਿਹੜਾ ਬਠਿੰਡਾ ਦਾ ਮਿਲਟਰੀ ਬੇਸ ਹੈਗਾ ਉੱਥੇ ਦੋ ਅਣਪਛਾਤੇ ਆਉਂਦੇ ਆ ਔਰ ਉਹਨਾਂ ਵੱਲੋਂ you <laughs> ਗੋਲੀਬਾਰੀ ਕੀਤੀ ਜਾਂਦੀ ਹੈ 19 ਰਾਉਂਡ ਫਾਇਰ ਕੀਤੇ ਜਾਂਦੇ ਜਿਸ ਦੇ ਵਿੱਚ ਚਾਰ ਜਵਾਨਾਂ ਦੀ ਮੌਤ ਹੋ ਜਾਂਦੀ ਗੋਲੀ ਲੱਗਣ ਦੇ ਨਾਲ ਹਾਲਾਂਕਿ ਪੁਲਿਸ ਬਠਿੰਡਾ ਕੈਂਟ ਵੱਲੋਂ ਐਫਆਈਆ ਦਰਜ ਕਰ ਲਈ ਗਈ ਹੈ ਅਣਪਛਾਤੇ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਦੋ ਅਜਿਹੇ ਸਖਸ਼ੀ ਜਿਹੜੇ ਕੁਰਤਾ ਪਜਾਮਾ ਪਾ ਕੇ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਵਿੱਚ ਇੱਕ ਨੇ ਰਾਈਫਲ ਫੜੀ ਹੋਈ ਸੀ ਤੇ ਦੂਸਰੇ ਨੇ ਜਿਹੜੀ ਹੈਗੀ ਹੈ ਉਹ ਕੁਲਹਾੜੀ ਫੜੀ ਹੋਈ ਸੀ ਤਾਂ ਇਸ ਘਟਨਾ ਤੋਂ ਬਾਅਦ ਠੀਕ 24 ਘੰਟੇ ਬਾਅਦ ਬਠਿੰਡਾ ਮਿਲਟਰੀ ਸਟੇਸ਼ਨ ਦੇ ਵਿੱਚ ਇੱਕ ਵਾਰ ਮੁੜ ਤੋਂ ਗੋਲੀ ਚਲਣ ਦੀ ਘਟਨਾ ਵਾਪਰਦੀ ਹੈ ਇਸ ਦੇ ਵਿੱਚ ਇੱਕ ਜਵਾਨ ਦੀ ਮੌਤ ਹੋ ਜਾਂਦੀ ਹੈ ਕਾਰਨ ਹਲੇ ਤੱਕ ਪਤਾ ਨਹੀਂ ਚਲੇ ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਨੂੰ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਨੇ ਅੰਤਰੀਮ ਜ਼ਮਾਨਤ ਦੇ ਦਿੱਤੀ ਹੈ ਗੁਲਮੋਹਰ ਟਾਊਨਸ਼ਿਪ ਕੁਟਾਲਾ ਮਾਮਲੇ ਦੇ ਨਾਲ ਜੁੜਿਆ ਹੋਇਆ ਇਹ ਸਾਰਾ ਘਟਨਾਕ੍ਰਮ ਹੈ ਵਿਜੀਲੈਂਸ ਨੇ 5 ਜਨਵਰੀ ਨੂੰ ਐਫ ਆਈ ਆਰ ਸੁੰਦਰ ਸ਼ਾਮ अरोड़ा ਦੇ ਖਿਲਾਫ ਦਰਜ ਕੀਤੀ ਸੀ ਇਸ ਤੋਂ ਪਹਿਲਾਂ ਜਿਹੜੇ ਹੈਗੇ ਨੇ ਸੁੰਦਰ ਸ਼ਾਮ अरोड़ा ਕਾਂਗਰਸ ਦੀ ਸਰਕਾਰ ਦੇ ਵਿੱਚ ਮੰਤਰੀ ਰਹਿ ਚੁਕੇ ਸੀ ਪਰ ਜਦੋਂ ਵੱਡਾ ਫੇਰਬਦਲ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਤਾਂ ਉਸ ਤੋਂ ਬਾਅਦ ਸੁੰਦਰ ਸ਼ਾਮ अरोड़ा ਨੂੰ ਮੰਤਰੀ ਨਹੀਂ ਬਣਾਇਆ ਗਿਆ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀ ਹੁਣ ਭਾਜਪਾ ਲੀਡਰ ਨੇ ਹਾਲਾਂਕਿ ਜੋ ਪਿਛਲੀ ਸੁਣਵਾਈ ਹੋਈ ਸੀ ਮੁਹਾਲੀ ਅਦਾਲਤ ਦੇ ਵਿੱਚ ਤਾਂ ਸੁੰਦਰ ਸ਼ਾਮ ਉਰੜਾ ਨੂੰ ਪਲਾਟ ਵੰਡ ਘਟਾਲਾ ਮਾਮਲੇ ਦੇ ਵਿੱਚ ਰੈਗੂਲਰ ਜ਼ਮਾਨਤ ਦੇਣ ਤੋਂ ਅਦਾਲਤ ਨੇ ਮਨਾ ਕਰ ਦਿੱਤਾ ਸੀ ਉਹਨਾਂ ਦੀ ਅਰਜ਼ੀ ਖਾਰਜ ਕਰ ਦਿੱਤੀ ਸੀ ਜਿਸ ਤੋਂ ਬਾਅਦ ਹਾਈ ਕੋਰਟ ਦਾ ਰੋਕ ਕੀਤਾ ਗਿਆ ਤਾਂ ਹਾਈ ਕੋਰਟ ਨੇ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਅੱਗੇ ਕੀ ਕਾਰਵਾਈ ਹੋਵੇਗੀ ਵਿਜ਼ਲੈਂਸ ਦੀ ਉਹ ਵੀ ਦੇਖਣ ਨੂੰ ਮਿਲੇਗਾ ਉਧਰ ਜਲੰਧਰ ਜ਼ਿਲ੍ਹੇ ਚੋਣ ਨੂੰ ਲੈ ਕੇ ਸਿਆਸੀ ਅਖਾੜੇ ਭਖ ਚੁੱਕੇ ਕਿਉਂਕਿ ਅੱਜ ਤੋਂ ਨਾਮਜ਼ਦਗੀਆਂ ਭਰਨੀਆਂ ਸ਼ੁਰੂ ਹੋ ਚੁੱਕੀਆਂ ਨੇ ਅੱਜ ਪਹਿਲੇ ਦਿਨ ਚੌਧਰੀ ਪਰਿਵਾਰ ਵੱਲੋਂ ਜਿਵੇਂ ਉਹਨਾਂ ਦੀ ਰਵਾਇਤ ਸੀ ਉਸ ਮੁਤਾਬਕ ਉਹਨਾਂ ਨੇ ਸਭ ਤੋਂ ਪਹਿਲਾਂ ਬਾਜ਼ੀ ਮਾਰੀ ਹੈ ਆਪਣੇ ਕਰਮਜੀਤ ਕੌਰ ਜਿਹੜੇ ਕਾਂਗਰਸ ਦੀ ਟਿਕਟ ਤੋਂ ਜਲੰਧਰ ਜ਼ਿਮਨੀ ਚੋਣ ਲੜ ਰਹੇ ਨੇ ਉਹਨਾਂ ਨੇ ਅੱਜ ਆਪਣੇ ਨਾਮਜ਼ਦਗੀ ਕਾਗਜ਼ ਭਰ ਲਏ ਨੇ ਇਸ ਤੋਂ ਪਹਿਲਾਂ ਜੇਕਰ ਦੇਖਿਆ ਜਾਵੇ ਤਾਂ ਚੌਧਰੀ ਪਰਿਵਾਰ ਹਮੇਸ਼ਾ ਹੀ ਸਭ ਤੋਂ ਮੋਹਰੀ ਰਿਹਾ ਹੈ ਆਪਣੇ ਨਾਮਜ਼ਦਗੀ ਕਾਗਜ਼ ਭਰਨ ਤੋਂ ਬਾਕੀ ਪਾਰਟੀਆਂ ਦੇ ਨਾਲੋਂ ਤਾਂ ਦੂਸਰੇ ਪਾਸੇ ਹੁਣ ਬੀਜੇਪੀ ਵੀ ਇੰਦਰ ਅਟਵਾਲ ਜਿਹੜੇ ਹੈਗੇ ਨੇ ਉਹਨਾਂ ਨੂੰ ਚਰਨਜੀਤ ਸਿੰਘ ਅਟਵਾਲ ਦੇ ਲੜਕੇ ਜਿਹੜੇ ਹੈਗੇ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਬਣਾ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ ਹੈ ਤੇ ਅਕਾਲੀ ਦਲ ਬਸਪਾ ਨੇ ਮੌਜੂਦਾ ਵਿਧਾਇਕ ਜਿਹੜੇ ਉਹਨਾਂ ਦੇ ਹੈਗੇ ਅਕਾਲੀ ਦਲ ਦੇ ਸੁਖਵਿੰਦਰ ਕੁਮਾਰ ਸੁਖੀ ਨੂੰ ਡਾਕਟਰ ਸੁਖੀ ਨੂੰ ਆਪਣਾ ਉਮੀਦਵਾਰ ਬਣਾਇਆ ਹੋਇਆ ਤਾਂ ਹੁਣ ਸਾਰੇ ਚੋਣ ਮੈਦਾਨ ਦੇ ਵਿੱਚ ਹੈ ਦੇਖਣਾ ਹੋਵੇਗਾ ਕਿ ਕੌਣ ਬਾਜ਼ੀ ਮਾਰਦਾ ਹੈ ਉਧਰ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਹੀ ਇੱਕ ਤਸਵੀਰ ਕਾਂਗਰਸ ਦੀ ਅਜਿਹੀ ਦੇਖਣ ਨੂੰ ਮਿਲੀ ਹੈ ਜਿਸ ਦੇ ਵਿੱਚ ਤਮਾਮ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਇੱਕ ਸਟੇਜ ਦੇ ਉੱਪਰ ਨਜ਼ਰ ਆਈ ਹੈ ਉਹ ਚਾਹੇ ਫਿਰ ਨਵਜੋਤ ਸਿੰਘ ਸਿੱਧੂ ਹੋਣ ਜਾਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ ਜਾਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਹੋਵੇ ਜਾਂ ਫਿਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਾਂ ਬਾਕੀ ਹੋਰ ਸਾਬਕਾ ਕੈਬਨਟ ਪੰਜਾਬ ਦੀ ਹੋਵੇ ਸਾਰੀ ਤਮਾਮ ਅੱਜ ਜਲੰਧਰ ਦੇ ਵਿੱਚ ਜਦੋਂ ਨਾਮਜ਼ਦਗੀ ਭਰਨ ਦੇ ਲਈ ਜਾ ਰਹੇ ਸੀ ਕਰਮਜੀਤ ਕੌਰ ਦੇ ਲਈ ਤਾਂ ਅੱਜ ਪੂਰੀ ਇਕੱਠ ਜਿਹੜਾ ਹੈਗਾ ਕਾਂਗਰਸ ਦਾ ਦੇਖਣ ਨੂੰ ਮਿਲਿਆ ਤਾਂ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਅੰਦਰਲੀ ਜਿਹੜੀ ਫੁੱਟ ਹੈਗੀ ਕਾਂਗਰਸ ਦੀ ਉਹ ਇਸ ਚੋਣਾਂ ਦੇ ਵਿੱਚ ਵੀ ਜ਼ਾਹਰ ਹੋਵੇਗੀ ਕਿਉਂਕਿ ਰਾਜਾ ਵੜਿੰਗ ਹੈਗੇ ਨੇ ਉਹ ਹੱਲੇ ਤੱਕ ਆਪਣੇ ਪ੍ਰਧਾਨ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੈਗੇ ਨੇ ਪ੍ਰਧਾਨ ਉਹ ਹੱਲੇ ਤੱਕ ਆਪਣੇ ਚਾਹੇਤੇ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਦੇ ਲਈ ਨਹੀਂ ਪਹੁੰਚੇ ਸੀ ਹਾਲਾਂਕਿ ਅੱਜ ਦੀ ਜਿਹੜੀ ਮੁਲਾਕਾਤ ਦਾ ਨਵਜੋਤ ਸਿੰਘ ਸਿੱਧੂ ਦੀ ਬੱਸ ਦੇ ਵਿੱਚ ਜ਼ਰੂਰ ਹੋਈ ਹੈ ਜਦੋਂ ਨਾਮਜ਼ਦਗੀ ਕਾਗਜ਼ ਭਰਨ ਦੇ ਲਈ ਕਾਂਗਰਸ ਦੀ ਲੀਡਰਸ਼ਿਪ ਡੀਸੀ ਆਫਿਸ ਵੱਲ ਰਵਾਨਾ ਹੋਈ ਸੀ ਉਧਰ ਤਲਵੰਡੀ ਸਾਬੋ ਦੇ ਵਿੱਚ ਵਿਸਾਖੀ ਦੇ ਸਮਾਗਮ ਸ਼ੁਰੂ ਹੋ ਚੁੱਕੇ ਨੇ 12 13 14 ਤੇ 15 April ਤੱਕ ਸਮਾਗਮ ਜਿਹੜੇ ਐ ਹੋਣੇ ਨੇ 14 April ਯਾਨੀ ਕਿ ਕੱਲ ਨੂੰ ਵਿਸਾਖੀ ਦਾ ਇੱਕ ਵੱਡਾ ਦਿਹਾੜਾ ਮਨਾਇਆ ਜਾਵੇਗਾ ਤਾਂ ਇਸ ਸਬੰਧ ਦੇ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਸਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ਦੇ ਉੱਪਰ ਸੰਦੇਸ਼ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਾਵਨ ਪਰਵ ਮੌਕੇ ਦੇ ਉੱਪਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਬੇਖੌਫ ਹੋ ਕੇ ਹਮ ਹਮਾ ਕੇ ਸਿੱਖ ਸੰਗਤ ਪਹੁੰਚੇ ਇਹਨਾਂ ਨੇ ਅਪੀਲ ਕੀਤੀ ਹੈ ਤਾਂ 13 14 15 ਤਿੰਨੇ ਦਿਨ ਜਿਹੜੇ ਹੈਗੇ ਨੇ ਸਿੱਖ ਸੰਗਤ ਨੂੰ ਜਥੇਦਾਰ ਨੇ ਅਪੀਲ ਕੀਤੀ ਹੈ ਕਿ ਬੇਪਰਵਾਹ ਹੋ ਕੇ ਦਰਸ਼ਨਾਂ ਦੇ ਲਈ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਜਾਵੇ ਸਿੱਖ ਪਰੰਪਰਾਵਾਂ ਦੇ ਨਾਲ ਜੁੜਨ ਦੀ ਵੀ ਜਥੇਦਾਰ ਵੱਲੋਂ ਅਪੀਲ ਕੀਤੀ ਗਈ ਹੈ ਤਾਂ ਉਧਰ ਜਿਵੇਂ ਵਿਸਾਖੀ ਦੇ ਸਮਾਗਮ ਚੱਲ ਰਹੇ ਨੇ ਤਲਵੰਡੀ ਸਾਬੋ ਦੇ ਵਿੱਚ ਤਾਂ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸਮਖਿਆ ਕੀਤੀ ਜਾਵੇਗੀ ਜੋ ਸੁਰੱਖਿਆ ਦੇ ਪ੍ਰਬੰਧ ਹੈਗੇ ਨੇ ਤਾਂ ਸਮੁੱਚੀ ਪੰਜਾਬ ਪੁਲਿਸ ਉੱਥੇ ਡਿਊਟੀ ਦੇ ਰਹੀ ਆ ਔਰ ਕਾਫੀ ਸਖਤੀ ਕੀਤੀ ਹੋਈ ਆ ਇਸ ਤੋਂ ਪਹਿਲਾਂ ਨੰਗੀਆਂ ਤਲਵਾਰਾਂ ਹੱਥੇ ਚਾਰੇ ਚਾਹੇ ਉਹ ਲਾਇਸੈਂਸੀ ਨੇ ਉਹਨਾਂ ਦੀ ਪ੍ਰਦਰਸ਼ਨੀ ਦੇ ਉੱਪਰ ਵੀ ਪੰਜਾਬ ਸਰਕਾਰ ਵੱਲੋਂ ਰੋਕ ਲਗਾਈ ਹੋਈ ਹੈ ਔਰ ਅੱਜ ਗੌਰਵ ਯਾਦਵ ਪੰਜਾਬ ਦੇ ਡੀਜੀਪੀ ਤਰਵੰਡੀ ਸਾਬੋ ਦੇ ਵਿੱਚ ਜੋ ਸੁਰੱਖਿਆ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਉਸ ਦੀ ਸਮੀਖਿਆ ਲੈਣ ਦੇ ਲਈ ਪਹੁੰਚ ਰਹੇ ਨੇ ਪੰਜਾਬ ਸਰਕਾਰ ਵੱਲੋਂ ਅੱਜ ਬੋਹਰ ਦੇ ਵਿੱਚ ਕਿਸਾਨਾਂ ਦੇ ਮੁਆਵਜ਼ੇ ਜਿਹੜੇ ਆ ਉਹ ਜਾਰੀ ਕਰ ਦਿੱਤੇ ਗਏ ਬੋਹਰ ਦੇ ਵਿੱਚ ਸੀਐਮ ਭਗਵੰਤ ਮਾਨ ਪਹੁੰਚਦੇ ਆ ਤਾਂ ਅੱਜ ਸਮਾਗਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜੋ ਫਸਲ ਖਰਾਬ ਫਸਲ ਹੋਈ ਹੈ ਕਣਕ ਦੀ ਜ਼ਮੀਨ ਦੇ ਨਾਲ ਨੁਕਸਾਨੀ ਗਈ ਹੈ ਉਸ ਦਾ ਕੁੱਲ ਮੁਆਵਜ਼ਾ 40 ਕਰੋੜ ਰੁਪਏ ਜਾਰੀ ਕਰ ਦਿੱਤਾ ਗਿਆ ਤੇ ਹੁਣ ਤੋਂ 20 ਦਿਨਾਂ ਤੱਕ ਪੰਜਾਬ ਦੇ ਵਿੱਚ ਕਿਸਾਨਾਂ ਦੇ ਖਾਤੇ ਦੇ ਵਿੱਚ ਵਾਰੀ-ਵਾਰੀ ਆਉਣਾ ਸ਼ੁਰੂ ਹੋ ਜਾਵੇਗਾ ਸੋ ਅੱਜ ਤੋਂ ਇਹ ਮੁਆਵਜ਼ਾ ਸ਼ੁਰੂ ਹੈ ਪਹਿਲੀ ਵਾਰ ਹੋ ਰਿਹਾ ਜੀ ਇੱਥੇ ਕੁਝ ਅਕਾਲੀ ਵਾਲੇ ਵੀ ਆਏ ਹੋਣੇ ਕਾਂਗਰਸੀ ਵੀ ਬੈਠੇ ਹੋਣੇ ਚਲੋ ਕੋਈ ਨਹੀਂ ਸਾਡੇ ਭਰਾ ਹੀ ਨੇ ਉਹਨਾਂ ਨੂੰ ਕਹਿ ਦਿੰਨਾ ਮੈਂ ਦੱਸ ਦੇ ਉਹਨਾਂ ਨੂੰ ਹਣ ਇਹ ਪਹਿਲੀ ਵਾਰ ਹੋ ਰਿਹਾ 20 ਦਿਨਾਂ ਚ ਪੈਸੇ ਪਾਣੇ ਸ਼ੁਰੂ ਹੋ ਗਏ ਪਹਿਲਾਂ ਇੱਕ ਕਿਸਾਨ ਮੈਨੂੰ ਮਿਲਿਆ ਕਹਿੰਦਾ 20 ਦਿਨਾਂ ਚ ਪੈਸੇ ਕੱਲ ਉਹਨੂੰ ਪੈਸੇ ਆ ਗਏ ਹੁਣੇ ਰਾਤ ਉਹਦੇ ਖਾਤੇ ਚ ਪੈ ਗਏ ਹੁਣੇ ਕਿਉਂਕਿ ਅੱਜ ਤੋਂ ਚੱਲ ਪਿਆ ਕੰਮ ਕੱਲੇ ਅੱਜ ਦੇ ਦਿਨ ਚ ਪੂਰੇ ਪੰਜਾਬ ਚ 40 ਕਰੋੜ ਰੁਪਇਆ ਖਾਤਿਆਂ ਚ ਪੈ ਗਿਆ ਅੱਜ ਦੇ ਦਿਨ ਚ ਇਦਾਂ ਹੀ ਕੱਲ ਨੂੰ ਪਊਗਾ ਇਦਾਂ ਹੀ ਪਰਸੋਂ ਨੂੰ ਇਹ ਹੁਣ ਚੱਲਦਾ ਰਹੂਗਾ ਗੱਲੇ ਅਬੋਰ ਦੇ ਵਿੱਚ ਮੇਰੇ ਕੋਲ ਨਿਸ਼ਤਿਤਿਆ ਮੈਨੂੰ ਅਫਸਰਾ ਨੇ ਫਾਜ਼ਿਲਕਾ 146 ਪਿੰਡ ਜਲਾਲਾਬਾਦ 134 ਪਿੰਡ ਅਬੋਰ ਦੇ 82 ਪਿੰਡ ਕੁੱਲ 362 ਪਿੰਡਾਂ ਦੀ ਜਿਹੜੀ ਖਰਾਬੇ ਵਾਲੀ ਫਸਲ ਹੈ ਉਹਦਾ ਟੋਟਲ ਜਿਹੜਾ ਬਣਦਾ ਸੀ 12 ਕਰੋੜ 94 ਲੱਖ 79600 ਜਾਨੀ ਕਿ 12 ਕਰੋੜ 94 ਲੱਖ 80000 ਬਣਦਾ ਸੀ ਟੋਟਲ ਪੂਰਾ ਜਿੰਨਾ ਗਰਦੌਰੀ ਹੁਣ ਤੱਕ ਆਈ ਹੈ ਉਹਦੇ ਚੋਂ ਅਸੀਂ 6 ਕਰੋੜ ਰੁਪਇਆ ਅੱਜ ਤੱਕ ਜਾਰੀ ਕਰਤਾ ਇਹਨੂੰ ਕਹਿੰਦੇ ਆ ਕੰਮ ਇਹਨੂੰ ਕਹਿੰਦੇ ਜੇ ਨੀਤ ਸਾਫ਼ ਹੋਵੇ ਸਾਰਾ ਕੁਝ ਹੋ ਜਾਂਦਾ ਉਧਰ ਕਾਂਗਰਸੀਆਂ ਕਾਲੀਆਂ ਵੇਲੇ ਉਹ ਐਮਐਲਏ ਮੰਤਰੀ ਵੀ ਭੁੱਲ ਜਾਂਦੇ ਸੀ ਇਹ ਕਿਹੜੀ ਫਸਲ ਦਾ ਦਿੰਨੇ ਆ ਚਾਰ-ਚਾਰ ਸਾਲ ਹੋ ਜਾਂਦੇ ਸੀ ਜਿਹਨੂੰ ਮੁਆਵਜ਼ਾ ਦੇਣਾ ਸੀ ਉਹ ਵੀ ਭੁੱਲ ਜਾਂਦਾ ਸੀ ਇਹ ਕਿਹੜੀ ਫਸਲ ਦਾ ਦੇ ਰਹੇ ਨੇ ਫਾਜ਼ਿਲਕਾ ਦੇ ਵਿੱਚ ਸਰਹੱਦੀ ਖੇਤਰ ਫਾਜ਼ਿਲਕਾ ਦੇ ਵਿੱਚ ਬੀਐਸਐਫ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਸਰਹੱਦ ਨੇੜਿਓਂ 4.5 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਹੈ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਇਹ ਤਸਕਰੀ ਹੋਈ ਹੈ ਜਾਂ ਕਿਵੇਂ ਹੋਈ ਹੈ ਫਿਲਹਾਲ ਇਸ ਬਾਰੇ ਤਾਂ ਨਹੀਂ ਦੱਸਿਆ ਗਿਆ ਪਰ ਬੀਐਸਐਫ ਨੇ ਤਲਾਸ਼ੀ ਆਪਰੇਸ਼ਨ ਦੇ ਦੌਰਾਨ ਖੇਤਾਂ ਦੇ ਵਿੱਚੋਂ 4.5 ਕਿਲੋ ਹੈਰੋਇਨ ਬਰਾਮਦ ਕੀਤੀ ਇਸ ਤੋਂ ਪਹਿਲਾਂ ਫਾਜ਼ਿਲਕਾ ਪੁਲਿਸ ਵੱਲੋਂ ਪੁਲਿਸ ਵੱਲੋਂ ਵੀ ਵੱਡੀ ਕਾਰਵਾਈ ਕੀਤੀ ਗਈ ਸੀ 23 ਪੈਕਟ ਹੈਰੋਇਨ ਦੇ ਜ਼ਬਤ ਕੀਤੇ ਗਏ ਸੀ ਜਿਸ ਦੀ ਕੁੱਲ ਜਿਹੜੀ ਹੈਗੀ ਆ ਉਹ ਇਸ ਦੀ ਮਾਤਰਾ ਸੀ ਉਹ 37 ਕਿਲੋ 900 ਗ੍ਰਾਮ ਸੀ ਜੋ ਬੀਤੇ ਦਿਨੀ ਪੰਜਾਬ ਪੁਲਿਸ ਵੱਲੋਂ ਵੱਡੀ ਗਿਣਤੀ ਦੇ ਵਿੱਚ ਹੈਰੋਇਨ ਜ਼ਬਤ ਕੀਤੀ ਗਈ ਸੀ ਤਾਂ ਤਰਨਤਾਰਾਂ ਦੇ ਨੌਜਵਾਨ ਸੀ ਜਿਨ੍ਹਾਂ ਨੂੰ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ ਜਾਨੀ ਕਿ ਦੋ ਦਿਨਾਂ ਦੇ ਵਿੱਚ ਵਿੱਚ ਤਕਰੀਬਨ ਜੇਕਰ ਦੇਖਿਆ ਜਾਵੇ ਤਾਂ ਵੱਡੀ ਖੇਪ ਪੰਜਾਬ ਪੁਲਿਸ ਤੇ ਬੀਐਸਐ ਵੱਲੋਂ ਜ਼ਬਤ ਕੀਤੀ ਗਈ ਹੈ ਉਧਰ ਗੜਸ਼ੰਕਰ ਦੇ ਵਿੱਚ ਹੁਸ਼ਿਆਰਪੁਰ ਦੇ ਗੜਸ਼ੰਕਰ ਦੇ ਵਿੱਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਦਾ ਸ੍ਰੀ ਖੁਰਾਲਗੜ੍ਹ ਸਹਿਬ ਨਤਮਸਤਕ ਹੋਣ ਦੇ ਲਈ ਸ਼ਰਧਾਲੂ ਜਾ ਰਹੇ ਹੁੰਦੇ ਆ ਪੈਦਲ ਇੱਜਤਾ ਚੱਲਿਆ ਹੁੰਦਾ ਤਾਂ ਸਾਹਮਣੇ ਤੋਂ ਇੱਕ ਬੇਕਾਬੂ ਟਰੱਕ ਉਹਨਾਂ ਦੇ ਉੱਪਰ ਚੜ ਜਾਂਦਾ ਇਸ ਹਾਦਸੇ ਦੇ ਵਿੱਚ ਅੱਠ ਸ਼ਰਧਾਲੂਆਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ 13 ਲੋਕ ਜ਼ਖਮੀ ਨੇ ਜ਼ਖਮਿਆਂ ਦੇ ਵਿੱਚੋਂ ਪੰਜ ਦੀ ਸਥਿਤੀ ਜਿਹੜੀ ਹੈ ਕਾਫੀ ਨਾਜ਼ੁਕ ਬਣੀ ਹੋਈ ਸੀ ਜਿਨ੍ਹਾਂ ਨੂੰ ਇਲਾਜ ਦੇ ਲਈ ਪੀਜੀਆਈ ਰੈਫਰ ਕਰ ਦਿੱਤਾ ਗਿਆ ਇਹ ਸਾਰੇ ਯੂਪੀ ਦੇ ਨਾਲ ਸੰਬੰਧਤ ਸ਼ਰਧਾਲੂ ਸੀ ਜੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਹੈ ਖੁਰਾਲਗੜ੍ਹ ਸਾਹਿਬ ਗੜਸ਼ੰਕਰ ਹੁਸ਼ਿਆਰਪੁਰ ਦੇ ਨਜ਼ਦੀਕ ਹੀ ਪੈਂਦੀ ਹੈ ਤਾਂ ਉੱਥੇ ਪੈਦਲ ਚੱਲ ਰਿਹਾ ਹੁੰਦਾ ਜਥਾ ਜਿਸ ਦੌਰਾਨ ਇਹ ਹਾਦਸਾ ਵਾਪਰ ਜਾਂਦਾ ਇਸ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੇ ਦੁੱਖ ਜ਼ਾਹਰ ਕੀਤਾ ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਨਾਲ ਦੀ ਨਾਲ ਜਿਹੜੇ ਜ਼ਖਮੀ ਐ ਉਹਨਾਂ ਨੂੰ 1-1 ਲੱਖ ਰੁਪਏ ਇਲਾਜ ਦੇ ਲਈ ਦੇਣ ਦਾ ਭਰੋਸਾ ਦਿੱਤਾ ਹੈ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਐ ਤਾਂ ਹੁਣ ਜੋ ਪਿਛਲੇ 24 ਘੰਟਿਆਂ ਦੇ ਦੌਰਾਨ ਮਾਮਲੇ ਅੰਕੜੇ ਦਰਜ ਕੀਤੇ ਗਏ ਉਹ ਕਾਫੀ ਰਿਕਾਰਡ ਤੋੜ ਦੇਣ ਵਾਲੇ ਨੇ ਹੁਣ ਤੱਕ ਇਸ ਕੇਸ ਦੇ ਵਿੱਚੋਂ ਤਾਂ ਵਿੱਤ ਦਿਨੀ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਨਵੇਂ ਕੇਸ 10158 ਦਰਜ ਕੀਤੇ ਗਏ ਜਿਸ ਦੇ ਨਾਲ ਹੁਣ ਦੇਸ਼ ਦੇ ਵਿੱਚ ਸਰਗਰਮ ਮਾਮਲੇ 44998 ਹੋ ਚੁੱਕੇ ਨੇ ਤਾਂ ਪੰਜਾਬ ਦੇ ਵਿੱਚ ਵੀ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਪਿਛਲੇ 24 ਘੰਟੇ ਦੇ ਅੰਦਰ ਪੰਜਾਬ ਦੇ ਵਿੱਚ 230 ਨਵੇਂ ਕੇਸ ਦਰਜ ਕੀਤੇ ਗਏ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਬੀਵੀਸੀ ਇੰਡੀਆ ਦੇ ਖਿਲਾਫ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਵਿਦੇਸ਼ੀ ਫੰਡਿੰਗ ਵਿੱਚ ਬੇਨਿਯਮੀਆਂ ਪਾਈਆਂ ਗਈਆਂ ਜਿਸ ਨੂੰ ਲੈ ਕੇ ਹੁਣ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੇ ਤਹਿਤ ਈਡੀ ਵੱਲੋਂ ਬੀਬੀਸੀ ਇੰਡੀਆ ਗਰੁੱਪ ਦੇ ਉੱਪਰ ਕੇਸ ਦਰਜ ਕਰ ਲਿਆ ਗਿਆ ਤਾਂ ਇਹ ਹੁਣ ਜਾਣਕਾਰੀ ਜਿਹੜੀ ਹੈਗੀ ਆ ਉਹ ਮਿਲੀ ਆ ਔਰ ਇਸ ਤੋਂ ਪਹਿਲਾਂ ਜੇਕਰ ਦੇਖੇ ਜਾਵੇ ਤਾਂ BBC ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਇੱਕ ਡਾਕੂਮੈਂਟਰੀ ਵੀ ਜਾਰੀ ਕੀਤੀ ਸੀ ਉਸ ਤੋਂ ਬਾਅਦ ਫਿਰ BBC ਦੇ ਉੱਪਰ ਛਾਪੇ ਵੀ ਪੇਸ਼ ਸੀ IT ਦੇ ਛਾਪੇ ਵੀ ਪੇਸ਼ ਸੀ ਤਾਂ ਹੁਣ ਇਹਦੀ ਵੱਲੋਂ ਕਾਰਵਾਈ ਕੀਤੀ ਗਈ ਹੈ ਮਾਮਲਾ ਦਰਜ ਕਰ ਲਿਆ ਗਿਆ 3 ਵਜੇ ਤੱਕ ਦੀਆਂ ਇਹਨਾਂ ਖਬਰਾਂ ਦੇ ਵਿੱਚ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ